ਸਮਝੀ ਕੀਤੀ ਹੈ, ਪਰ ਜਦੋਂ ਇਸ ਕਹਾਣੀ ਨੂੰ ਅਨਵੇ ਕਰਨਾ, ਇਹਦੇ ਵਿੱਚੋਂ ਵੱਖ ਵੱਖ ਕਈ ਵਿਸ਼ੇ ਸਾਹਮਣੇ ਆਉਂਦੇ ਹਨ। ਵੱਖ ਵੱਖ ਵਿਸ਼ੇ
ਹੁਣ ਜਿਹੜੇ ਸਾਰੇ ਹੀ ਵਿਸ਼ੇ ਜੀਵਨ ਨਾਲ ਸੰਬੰਧਿਤ ਨੇ ਉਹਨਾਂ ਨੂੰ ਵਿਚਾਰਨਾ ਜ਼ਰੂਰੀ ਹੈ। ਇੱਕ ਇੱਕ ਲਾਈਨ ਦੋ ਦੋ ਲਾਈਨਾਂ ਵਿੱਚ ਵਿਸ਼ਾ ਬਦਲਦਾ ਜਾ ਰਿਹਾ, ਕੋਈ ਨਾ ਕੋਈ ਨਵੀਂ ਗੱਲ ਆ ਜਾਂਦੀ ਹੈ। ਜਿਵੇਂ ਸੁਭਾਅ ਬਣਿਆ ਕਿ ਆਪਾਂ ਇੱਥੇ ਕੋਈ ਸ਼ਬਦ ਸੁਣਨ ਨਹੀਂ ਮਿਲਦਾ, ਸ਼ਬਦ ਪੂਰਾ ਕਰੀਏ ਵਿਚਾਰੀਏ, ਉਹਦੇ ਵਿੱਚੋਂ ਤੱਤ ਲੱਭੀ। ਹੁਣ ਪਹਿਲੀਆਂ ਹੀ ਆਪਾਂ ਰਾਹਾਲ ਤੱਕ ਦੀਆਂ ਅਤੇ ਇੱਕ ਵਾਧੂ ਪਦ ਇੰਨੀਆਂ ਲਾਈਨਾਂ ਪੜ੍ਹੀਆਂ, ਇਹ ਸ਼ਬਦ ਵੀ ਦਿਲ ਕਰਦਾ ਅਸੀਂ ਦੋ ਹਫ਼ਤੇ ਅਗਲੇ ਫਰਾਈਡੇ ਤੱਕ ਲੈ ਜਾਈਏ। ਹੁਣ ਦੇਖੋ ਆਹੋ ਸਾਹਮਣੇ ਚੈਲੇਂਜ ਹੈ, ਦੋ ਲਾਈਨਾਂ 'ਤੇ ਆਹੋ ਸਾਹਮਣੇ ਰੱਖ ਕੇ ਵੇਖੀਏ ਤਾਂ ਸਾਰੀ ਕਹਾਣੀ ਦਾ ਦਾਰੋ ਮਦਾਰ ਖੜਾ ਹੈ। ਆਹੋ ਸਾਹਮਣੇ ਦੋ ਲਾਈਨਾਂ ਨੇ ਔਰ ਵਿਰੋਧੀ ਨੇ, ਟਕਰਾਓ ਹੈ, ਚੈਲੇਂਜ। ਇੱਕ ਹੈ ਰਹਾ ਉਹਦੀ ਤੁਕ, ਪੜ੍ਹਨ ਵਾਸਤੇ ਪਾਠਸ਼ਾਲਾ ਵਿੱਚ ਗਿਆ ਹੈ, ਬਾਪ ਆਪ ਭੇਜਿਆ ਹੈ, ਪਰ ਉੱਥੇ ਪਾਠਕ੍ਰਮ ਜਿਹੜਾ ਉਹਦਾ ਸਿਲੇਬਸ ਹੈ, ਜਿਹੜਾ ਉਹਦਾ ਸਬਜੈਕਟ ਹੈ, ਉਹਦੀ ਚੋਣ ਉਹ ਆਪਣੇ ਉਸਤਾਦ ਤੇ ਟੀਚਰ ਤੇ ਨਹੀਂ ਛੱਡ ਰਿਹਾ। ਕੁਝ ਸੋਚਣਾ ਪਏਗਾ, ਇੱਥੇ ਅਕਸਰ ਤਾਂ ਸਕੂਲਾਂ ਵਿੱਚ ਇਹੋ ਹੀ ਹੁੰਦਾ ਹੈ ਸਿਲੇਬਸ, ਸਕੂਲ ਡਿਸਟਰਬ ਕਰਦੇ, ਟੀਚਰ ਆਪਣੀ ਮਰਜ਼ੀ ਦਾ ਸਬਜੈਕਟ ਪੜ੍ਹਾਉਂਦੇ ਜੋ ਡਿਸਟਰਬ ਹੁੰਦਾ ਹੈ। ਇੱਥੇ ਪਹਿਲਾਂ ਹੀ ਇੱਕ ਵਿਰੋਧ ਖੜਾ ਹੋ ਗਿਆ ਹੈ। ਮੈਂ ਚਾਹੁੰਦਾ ਆਪਾਂ ਇਸ ਸ਼ਬਦ ਨੂੰ ਦੋ ਹਫ਼ਤਿਆਂ 'ਚ ਸਮਝੀਏ। ਸਵਾਲ ਖੜਾ ਹੋ ਗਿਆ, ਵਿਰੋਧ ਖੜਾ ਹੋ ਗਿਆ, ਕਿਉਂਕਿ ਕਿਹੇ ਉਸਤਾਦ ਆ ਤੇਰਾ ਸਬਜੈਕਟ ਮੈਨੂੰ ਪਸੰਦ ਨਹੀਂ, ਪਰ ਇੱਕ ਚੀਜ਼ ਹੋਰ ਦੇਖਿਓ, ਜਦੋਂ ਵੀ ਕੋਈ ਸੰਘਰਸ਼ ਸ਼ੁਰੂ ਹੁੰਦਾ, ਜਦੋਂ ਵੀ ਕੋਈ ਟਕਰਾਓ ਸ਼ੁਰੂ ਹੁੰਦਾ, ਕੋਈ ਇਨਕਲਾਬੀ ਗੱਲ ਸ਼ੁਰੂ ਹੁੰਦੀ ਹੈ, ਕਾਫਲੇ ਦੀ ਜ਼ਰੂਰਤ ਹੁੰਦੀ ਹੈ। ਮੈਂ ਹੈਰਾਨ ਹੁੰਦਾ ਇੱਕ ਇੱਕ ਲਾਈਨ ਵਿੱਚ ਕੌਣ ਕਿਹੜੀ ਕਿਹੜੀ ਚੀਜ਼ ਤੁਹਾਡੇ ਨਾਲ ਸਾਂਝ ਕਰੇ। ਸੰਘਰਸ਼ ਕਦੇ ਇਕੱਲੇ ਨਹੀਂ ਹੁੰਦੇ, ਉਹਦੇ ਵਾਸਤੇ ਕਾਫਲੇ ਦੀ ਲੋੜ ਹੁੰਦੀ ਹੈ। ਅੱਜ ਵੀ, ਅੱਜ ਦੀ ਦੁਨੀਆ ਵਿੱਚ ਵੀ ਸੰਘਰਸ਼ ਲਈ ਕਾਫਲਿਆਂ ਦੀ ਲੋੜ ਹੁੰਦੀ ਹੈ। ਹੁਣ ਪਹਿਲਾਦ ਗਿਆ ਪੜ੍ਹਨ ਵਾਸਤੇ, ਉੱਥੇ ਜਾ ਕੇ ਕਾਫਲਾ ਬਣਾ ਬੈਠਾ, ਤੇ ਕਾਫਲਾ ਬਣਾਇਆ ਇਸ ਲਈ ਹੈ ਕਿਉਂਕਿ ਸੰਘਰਸ਼ ਕਰਨਾ। ਸੰਘਰਸ਼ ਵਿਰੋਧੀ ਭਾਵਨਾਵਾਂ ਦਾ ਪ੍ਰਤੀਕ ਹੁੰਦਾ, ਉਹ ਹਨ ਸਬਜੈਕਟ, ਉਹ ਸਬਜੈਕਟ ਤੇ ਨੇ। ਹੁਣ ਪਹਿਲੀਆਂ ਦੋ ਲੈਣਾ ਫਿਰ ਪੜ੍ਹ, ਬਣਾਇਆ ਸੰਤ ਸਖਾ ਬੋਲ
ਡਾਲਦਿਆਂ ਨੂੰ ਯਕਰੈ ਕੀਤਾ, ਆਪਣੀਆਂ ਵਿਚਾਰਾਂ ਨਾਲ ਸਹਿਮਤ ਕੀਤਾ ਵੀ ਇਹ ਸਾਨੂੰ ਕੀ ਪਿਆ ਬਣਾਉਂਦਾ। ਇਕੱਲੇ ਨੇ ਆਵਾਜ਼ ਨਹੀਂ ਉਠਾਈ, ਕਿਉਂਕਿ ਹਰ ਇਨਕਲਾਬ ਜਿਹੜਾ ਹੈ ਉਹ ਕੁਝ ਭਾਲਦਾ, ਅਸੀਂ ਇਹਦੇ ਵਿੱਚੋਂ ਇਹ ਵੀ ਕੁਝ ਲੱਭਣਾ ਹੈ। ਆ ਗਿਆ ਪੜ੍ਹਨ ਵਾਸਤੇ, ਕੋਈ ਇਨਕਲਾਬੀ ਖਿਆਲ ਲੈ ਕੇ ਆਇਆ ਹੈ, ਉਹਦੇ ਲਈ ਕਾਫਲੇ ਦੀ ਜ਼ਰੂਰਤ ਹੈ। ਆਪਣੇ ਜਿੰਨੇ ਹਮ ਜਮਾਤੀ ਨੇ ਉਹਨਾਂ ਨੂੰ ਸਮਝਾ ਕੇ ਆਪਣਾ ਕਾਫਲਾ ਬਣਾ ਲਿਆ ਸੀ। ਕਾਫਲਾ ਬਣਾਉਣ ਵਾਸਤੇ ਉਹਨਾਂ ਨੂੰ ਸਮਝਾਉਣਾ ਪਏਗਾ। ਸਾਨੂੰ ਕਿਹੜੀਆਂ ਪੋਥੀਆਂ ਦੀ ਮਗਰ ਲਾ ਲਿਆ ਸੀ, ਕਿਹੜੀਆਂ ਇਮਾਰਤਾਂ ਪੜ੍ਹਾ ਪੜ੍ਹਾ ਸਾਨੂੰ ਤਰਸਤੇ ਪਿਆ ਦਿਖਾਉਂਦਾ। ਆਓ ਚੱਲੀਏ ਤੇ ਆਖੀਏ, ਅਸੀਂ ਤੇਰਾ ਦੱਸਿਆ ਤੇਰਾ ਸਮਝਾਇਆ ਹੋਇਆ ਇਹ ਸਬਜੈਕਟ ਨਹੀਂ ਪੜ੍ਹਨਾ ਚਾਹੁੰਦੇ। ਇਹ ਆਲ ਜਾਲ ਵਿੱਚ ਅਸੀਂ ਜ਼ਿੰਦਗੀ ਜੀਵਨ ਦਾ ਵਿਅਰਥ ਨਹੀਂ ਕਰਨਾ ਚਾਹੁੰਦੇ। ਜਦੋਂ ਮੈਂ ਵਿਸਥਾਰ ਵਿੱਚ ਜਾਂਦਾ ਨਾ ਉਦੋਂ ਮੇਰੇ ਸਾਹਮਣੇ ਬੜਾ ਕੁਝ ਆ ਜਾਂਦਾ। ਹੁਣ ਪ੍ਰਹਲਾਦ ਭਗਤੀ ਦੇ ਰਾਹ ਤੁਰਿਆ ਹੈ। ਵੈਸੇ ਤੇ ਦੋ ਨਾਮ ਬੱਚਿਆਂ ਦੇ ਆਮ ਬਾਣੀ ਵਿੱਚ ਆਪਾਂ ਕਈ ਵਾਰੀ ਕਹਿੰਦੇ ਹਾਂ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਪਰ ਦੋਹਾਂ ਵਿੱਚ ਬੜਾ ਅੰਤਰ ਸੀ। ਦੋਹਾਂ ਵਿੱਚ ਬੜਾ ਅੰਤਰ ਸੀ, ਸਾਨੂੰ ਸਮਝਣਾ ਪਏਗਾ ਕਿਹੜੀ ਚੀਜ਼ ਮਿਲਦੀ ਹੈ। ਕੱਚਾ ਕਰ ਦਿੱਤਾ ਨੀ ਇੱਕੋ ਥਾਂ ਤੇ ਬਿਠਾ ਦਿੱਤਾ। ਪ੍ਰਹਲਾਦ ਤੇ ਧਰੂ ਦੀ ਕਹਾਣੀ ਬਿਲਕੁਲ ਵੱਖਰੀ ਹੈ। ਧਰੂ ਜਿਹੜਾ ਹੈ ਉਹ ਭਗਤੀ ਆਰੰਭ ਕਰਦਾ ਹੈ ਰਾਜ ਦੀ ਇੱਛਾ ਲੈ ਕੇ, ਉਹਦੇ ਮਗਰ ਛੱਡ ਗਈ। ਭਾਈ ਗੁਰਦਾਸ ਨੇ ਸਪਸ਼ਟ ਕਰ ਦਿੱਤਾ ਹਸਤਾ ਘਰ ਆਇਆ, ਕਰ ਪਿਆਰ ਪਿਓ ਕੁਛ ਲੀਤਾ, ਘਰ ਆਇਆ ਧਰੂ ਪਿਤਾ ਨੇ ਪਿਆਰ ਕੀਤਾ, ਬਲਵੱਕੜੀ ਵਿੱਚ ਲੈ ਕੇ ਗੋਦੀ 'ਚ ਬਿਠਾ ਲਿਆ ਤੇ ਮਤਰੇਈ ਮਾਂ ਕੋਲੋਂ ਬਰਦਾਸ਼ਤ ਨਾ ਹੋਇਆ। ਕਰ ਪਿਆਰ ਪਿਓ ਕੁਛ ਬਾਹੂ ਪਕੜ ਉਠਾ ਲਿਆ ਉਹਨੇ ਧਰੂ ਕੇ ਬਾਂਹ ਤੋਂ ਫੜ ਕੇ ਬਾਹਰ ਕੱਢ ਦਿੱਤਾ, ਤੂੰ ਇੱਥੇ ਕਿਉਂ ਬੈਠਾ, ਤੈਨੂੰ ਕੋਈ ਅਧਿਕਾਰ ਨਹੀਂ। ਮਨ ਵਿੱਚ ਰੋਸ ਮਤੇਈ ਕੀਤਾ, ਇਹ ਤੱਕ ਕਰਾ ਕੇ ਧਰੂ ਕਰ ਗਿਆ ਮਾਂ ਦੇ ਆਪਣੀ ਜੰਨੀ ਮਾਂ ਕੋਲ ਜਾ ਕੇ ਰੋਣ ਲੱਗ ਪਿਆ। ਡਿਡੋ ਲਿਖਾ ਦਸਕੋਰੇ ਭਰਦਾ ਰੋਂਦਾ ਮਾਂ ਕੋਲ ਗਿਆ, ਡਿਡੋ ਲਿਖਾ ਮਾਂ ਪੁੱਛੇ, ਮਾਂ ਨੂੰ ਪੁੱਛਦਾ ਹੈ ਕਹਿੰਦਾ ਤੂੰ ਸੁਹਾਣੀ ਹੈ ਕਿ ਸਰੀਤਾ, ਮੈਂ ਤੇ ਸਮਝਦਾ ਸਾਂ ਤੂੰ ਰਾਜੇ ਦੀ ਰਾਣੀ ਤੇ ਮੈਂ ਪੁੱਤਰ। ਮੈਂ ਜਾ ਕੇ ਗੋਦੀ 'ਚ ਬੈਠ ਗਿਆ, ਕਿਤੇ ਮੈਂ ਗਲਤੀ ਤੇ ਨਹੀਂ ਕਰ ਬੈਠਾ। ਮੈਂ ਤੇਰੇ ਕੋਲ ਪੁੱਛਣਾ ਚਾਹੁੰਦਾ ਤੂੰ ਸੁਹਾਣੀ ਹੈ ਕਿ ਸਰੀਤਾ,
तू राजे दी दासी बोली है कि रानी है, स्वानी है कि सरिता? मां जवाब देती, मां आखदी है कि बेटा हां तो स्वानी हां, मैं जन्म दे जन्म करके तो स्वानी रिश्ते करके स्वानी, पर मैं कर्म नाम भक्ति नहीं की, कर्म करके एडे महान कर्मा वाली नहीं बनी कि मैनू स्वानी वाले हक मिल सके। स्वानी हमें जन्म दी, नाम ना भक्ति करन दड़ीता। और ऐसे सवाल त्रुदा ये है कि किस उद्दम ते राज मिले मां, फिर मैनू दस केड़ा उद्दम है जिन्हें राज मिले? शत्रु ते सब होवन मीता, ते मां ने आख्या परमेश्वर आरा दी है भक्ति कर, परमेश्वर आरा दी है जिदो हुई है पता ते पुनीता, ते ताँ बाहर चलिया करन तप। इंदा मतलब त्रुदी भक्ति दे पिछे राज दी एक इच्छा खड़ी है, एक गल इतिहास साखी भाई गुरदास भी कह दी एक इच्छा खड़ी प्रहलाद दी भक्ति दे पिछे नहीं, दो दा अलग ते है प्रहलाद दी भक्ति दे पिछे कोई राज दी इच्छा नहीं खड़ी, इनकलाबी है। ध्रुव की कहानी विच उनकी भक्ति के पिछे राज की इच्छा खड़ी है। फिर दूजा मसला, ध्रुव की भक्ति के राह विच कोई रोकन वाला नहीं, रोकन वाला नहीं। प्रहलाद की भक्ति के राह विच रोकन वालों की लाइन लगी हुई है, उस्ताद भी रोक रहा है, मां भी रोक रही, प्यो भी रोक रहा है, तलवारां हाथी बहुत सारे डरावे धमकियां मौत सामने लिया के खड़ी कर दी गई है। छो फर्क नहीं, त्रुद राह रुकावट कोई नहीं, मां ने आख्या तुर पे इच्छा राज, पर प्रहलाद दे राह विच कदम कदम ते दुख ने परेशानियां ने, आखना औखा साचा ना वाली गल बन गई। ये फर्क है दोनों विच, उन्हें तो मां भी रोक रही है, इतने तो रोक नहीं सी। हुण देखना ये है कि दोनों दा इन्ना कहानी दा फर्क है, पर बाणी विच एक थां ते किवें बिठा दित्ते गए, क्योंकि भगती लई एक लफज ने, भगती लई दृढ़ता चाहिए, भगती लई दृढ़ता चाहिए, वो दोवां विच है, वो दोवां विच है। इसे लई एक लफज विच प्रहलाद दी दृढ़ता दा इशारा कर दिता है कि दुश्मन जिहड़ा रोकण वाला है ना, संडे वर्के जिहड़ा उहदा उस्ताद है उहनूं रोक रहा है इस राह तों, उह वी एक लफ़ज़ वरत रहा है, तू राम कहन की छोड़ बाण। बाण किहनूं कहिंदे ने? बेचारा सानूं सचोट विचारना है। बाण कहते हैं आदित्य नूं, सुभान फलाने नूं तां जी इस काम की हुण बाण पै गई है, आदत बन गई। ते आदत बाण एक ओ चीज है जिहड़ी मनुख दे जीवन नूं मजबूर करदी है, राह तों मुड़न नहीं दिंदी। लोगों ने कहावतां बना दित्तियां ने, आदड़ियां सुआदड़ियां निमन सिरां दे नाल, जिन्नी देर जीवन है उन्नी देर आदत नहीं जाती, बाण नहीं जाती। इसका मतलब उस्ताद में एक
ਗੱਲ ਸਮਝਦਾ ਵੀ ਹੁਣ ਇਹਨੂੰ ਛੁਡਾਉਣਾ ਔਖਾ ਹੈ ਕਿਉਂਕਿ ਇਹਨੂੰ ਰਾਮ ਕਹਿਣ ਦੀ ਬਾਣ ਪੈ ਗਈ, ਆਦਤ ਪੈ ਗਈ। ਹੁਣ ਜ਼ਰਾ ਮੁਕਾਬਲਤਨ ਦੇਖਿਓ, ਟਕਰਾਓ ਕਿੱਥੇ ਹੈ, ਇਨਕਲਾਬ ਇਹ ਹੈ ਕਿ ਤੇਰਾ ਕੀਤਾ ਹੋਇਆ, ਨਿਸ਼ਚਿਤ ਕੀਤਾ ਹੋਇਆ ਸਬਜੈਕਟ ਮੈਂ ਨਹੀਂ ਪੜ੍ਹਿਆ। ਇਹਦਾ ਮਤਲਬ ਇਨਕਲਾਬੀ ਦੁਨੀਆ ਅੰਦਰ ਕੋਈ ਇਹ ਖਿਆਲ ਕਰਨਾ, ਇਹ ਸਾਰੀ ਚੀਜ਼ ਜੀਵਨ ਨੂੰ ਗੁੱਸੇ ਦੇ ਰਹੀ। ਇਨਕਲਾਬੀ ਦੁਨੀਆ ਵਿੱਚ ਕਿਸੇ ਰਿਸ਼ਤੇ, ਕਿਸੇ ਮਾਲਕ ਹਾਕਮ, ਕਿਸੇ ਦਾ ਭੈ ਨਹੀਂ। ਜੋ ਸੱਚਾਈ ਹੈ ਉਹ ਸਾਹਮਣੇ ਕਹਿਣ ਦਾ ਅਧਿਕਾਰ ਹੈ। ਇਨਕਲਾਬੀ ਦੁਨੀਆ ਵਿੱਚ ਉਹੀ ਸਫਰ ਹੈ ਜਿਹੜਾ ਸੱਚ ਕਹਿ ਸਕਦਾ ਹੋਵੇ। ਬੈਠਾ ਵੀ ਪਾਠਸ਼ਾਲਾ ਵਿੱਚ ਹੈ, ਉਸਤਾਦ ਵੀ ਮੌਜੂਦ ਹੈ, ਉਹਦਾ ਸਬਜੈਕਟ ਵੀ ਮੌਜੂਦ ਹੈ, ਉਹ ਪੜ੍ਹਾਉਣਾ ਚਾਹੁੰਦਾ, ਪਰ ਆਪਣਾ ਕਾਫਲਾ ਬਣਾ ਕੇ ਆਪਣੇ ਨਾਲ ਸਹਿਮਤ ਕਰਕੇ ਸਾਥੀ ਪੈਦਾ ਕਰਕੇ ਪ੍ਰਹਿਲਾਦ ਆਪਣੇ ਉਸਤਾਦ ਨੂੰ ਆਖ ਰਿਹਾ, ਨਹੀਂ ਮੈਨੂੰ ਆ ਤੇਰਾ ਪੜ੍ਹਾਇਆ ਹੋਇਆ ਸਬਜੈਕਟ ਨਹੀਂ ਚਾਹੀਦਾ। ਕਿਉਂ ਨਹੀਂ ਚਾਹੀਦਾ? ਹੁਣ ਆਹ ਦੇਖੋ, ਇੱਕ ਪਾਸੇ ਬਿਲਕੁਲ ਵਿਰੋਧੀ ਸ਼ਬਦ ਨੇ, ਸਮੇਂ ਭਰ ਕੇ ਉਸਤਾਦ ਇਹ ਗੱਲ ਕਹਿੰਦਾ, ਸੰਦੇ ਮਾਰ ਕੇ ਕਹਿ ਹੋ ਜਾ ਪ੍ਰਹਿਲਾਦ ਬੁਲਾਏ ਬੇਗਦਾ। ਜਦੋਂ ਪਤਾ ਲੱਗਾ ਕਿ ਇਸ ਬਗਾਵਤ ਦਾ ਮੋਢੀ ਆਗੂ ਕੌਣ ਹੈ, ਕਾਫਲੇ ਦਾ ਅਗਵਾਈ ਕਰਨ ਵਾਲਾ ਕੌਣ ਹੈ, ਉਹ ਤਾਂ ਪ੍ਰਹਿਲਾਦ ਹੈ। ਤੇ ਇਹ ਵੀ ਮਨ ਵਿੱਚ ਖਿਆਲ ਆਇਆ, ਰਾਜੇ ਦਾ ਪੁੱਤਰ, ਆਮ ਆਦਮੀ ਤੇ ਰਾਜੇ ਦੇ ਪੁੱਤਰ ਕੋਲੋਂ ਡਰਦਾ ਹੀ ਹੈ। ਉਹਨੇ ਆਖਿਆ ਬਜਾਏ ਇਸ ਗੱਲ ਦੇ ਕਿ ਮੈਂ ਪਹਿਲਾਂ ਕੋਈ ਐਕਸ਼ਨ ਲਵਾਂ, ਪਹਿਲਾਂ ਰਾਜੇ ਤੱਕ ਗੱਲ ਪਹੁੰਚਾ ਦਿਆ, ਕੱਲ ਨੂੰ ਮੇਰੇ ਤੇ ਇੰਨਾ ਪਰੇਸ਼ਾਨੀ ਆ ਜਾਏ। ਸੰਦੇ ਮਰ ਕੇ ਕਹਿ ਹੋ ਜਾ, ਉਹਨੇ ਜਾ ਕੇ ਆਖਦੇ 10 ਮਿੰਟ ਤੱਕ। ਤੇ ਰਾਜੇ ਨੇ ਉਸੇ ਵਕਤ ਪ੍ਰਹਿਲਾਦ ਨੂੰ ਬੁਲਾ ਲਿਆ ਤੇ ਸੰਦੇ ਮਰ ਕੇ ਨੂੰ ਇਹ ਹੁਕਮ ਕੀਤਾ ਕਿ ਤੇਰੀ ਡਿਊਟੀ ਤੇਰੇ ਕੋਲ ਛੱਡ, ਤੇਰੇ ਹਵਾਲੇ ਕਰਕੇ ਆਇਆ। ਇਹਦੀਆਂ ਆਦਤਾਂ ਜੇ ਕੋਈ ਸੁਭਾਅ ਗਲਤ ਵੀ ਨਜ਼ਰ ਆਉਂਦਾ ਤੂੰ ਸਮਝਾਉਣਾ। ਇਹ ਸਾਡੀ ਆਮ ਜ਼ਿੰਦਗੀ ਦੀ ਗੱਲ ਹੈ, ਬੱਚੇ ਨੂੰ ਜਦੋਂ ਅਸੀਂ ਸਕੂਲ ਪੜ੍ਹਨ ਜਾਣ ਪੜ੍ਹਨੇ ਪਾ ਕੇ ਆਉਂਦੇ ਹਾਂ, ਇਹ ਮੰਨ ਕੇ ਭਾਵਨਾਵਾਂ ਹੁੰਦੀਆਂ ਨੇ, ਉਹਦੀ ਡਿਊਟੀ ਵੀ ਲਾ ਦਿੱਤੀ। ਹੁਣ ਸੰਡੇ ਮਾਰ ਕੇ ਵੀ ਜਿਹੜਾ ਹੈ ਉਹ ਮੁਖਾਤਬ ਕਰਦਾ ਪ੍ਰਹਿਲਾਦ ਨੂੰ ਤੇ ਕਹਿੰਦਾ ਕੀ ਹੈ, ਛੱਡ ਲੈ। ਤੇ ਪ੍ਰਹਿਲਾਦ ਆਖ ਰਿਹਾ ਨਹੀਂ ਛੋਡੋ ਰੇ ਬਾਬਾ ਰਾਮ। ਬਿਲਕੁਲ ਇੱਕੋ ਸ਼ਬਦ ਦੀਆਂ ਦੋ ਲਾਈਨਾਂ ਵੱਖ ਵੱਖ ਜ਼ਬਾਨਾਂ ਤੋਂ ਕਢਾਈਆਂ ਗਈਆਂ। ਉਹ ਕਹਿੰਦਾ ਰਾਮ ਕਹਿਣ ਦੀ ਆਦਤ ਛੱਡ ਦੇ, ਉਹ ਕਹਿੰਦਾ ਮੈਂ ਇਹ ਨਹੀਂ ਛੱਡ ਸਕਦਾ, ਮੇਰੇ ਹੋਰ ਪੜ੍ਹਨ ਚ ਨਹੀਂ ਕਰ, ਮੈਂ ਹੋਰ ਕੋਈ ਸਬਜੈਕਟ ਪੜ੍ਹਨ ਦਾ ਮਸਲਾ ਹੀ ਨਹੀਂ, ਮੈਂ ਰਾਮ ਕਹਿਣ ਦੀ ਆਦਤ ਨਹੀਂ ਛੱਡ ਸਕਦਾ। ਉਹ ਕਹਿੰਦਾ ਰਾਮ ਕਹਿਣ ਦੀ ਆਦਤ ਛੱਡ ਦੇ। ਲੋ ਇੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਪ੍ਰਹਿਲਾਦ ਦੀ, ਜਿਹੜੀ ਧਰੂ ਨਾਲੋਂ ਵੱਖਰੀ ਹੈ। ਆਪਾਂ ਆਉਣ ਵਾਲੇ ਸਮੇਂ ਵਿੱਚ ਇਹਦੇ ਵੱਖ ਵੱਖ ਪਹਿਲੂ ਵਿਚਾਰਨੇ ਨੇ ਕਿ ਦੁਨੀਆ ਅੰਦਰ ਜਦੋਂ ਇਨਕਲਾਬੀ ਕੋਈ ਪੈਦਾ ਹੁੰਦਾ ਉਹਦੇ ਸਾਹਮਣੇ ਕੀ ਔਕੜਾਂ ਆਉਂਦੀਆਂ ਨੇ,
ਹਾਲਾਂਕਿ ਇੱਥੇ ਰੋਕਣ ਵਾਲੇ ਵੀ ਬੜੇ ਨੇ। ਗੁਰੂ ਦੀ ਬਾਣੀ ਵਿੱਚ ਆਖਿਆ ਕਿ ਮਾਂ ਨੇ ਵੀ ਆ ਕੇ ਕਿਹਾ ਮਾਤਾ ਉਪਦੇਸੇ ਪ੍ਰਹਿਲਾਦ ਪਿਆਰੇ, ਮਾਂ ਵੀ ਆਖਦੀ ਛੱਡ ਦੇ, ਉਸਤਾਦ ਵੀ ਆਖਦਾ ਛੱਡ ਦੇ, ਮਾਤਾ ਉਪਦੇਸੇ ਪ੍ਰਹਿਲਾਦ ਪਿਆਰੇ, ਪੁੱਤਰ ਪੁੱਤਰ ਰਾਮ ਨਾਮ ਛੋੜੋ। ਉਹ ਵੀ ਕਹਿ ਰਿਹਾ ਤੂੰ ਰਾਮ ਕਹਿਣ ਕੀ ਛੋੜ ਪਾਣਾ, ਤੇ ਮਾਂ ਵੀ ਆਖਰੀ ਮਮਤਾ ਦੇ ਪ੍ਰਭਾਵ ਵਿੱਚ ਆਖ ਰਹੀ ਹੈ ਨਾ ਤੂੰ ਮੇਰਾ ਪੁੱਤਰ ਹੈ, ਮੈਂ ਤੈਨੂੰ ਮਰਦਾ ਨਹੀਂ ਦੇਖ ਸਕਦੀ, ਮੈਂ ਤੇਰੇ ਦੁੱਖ ਤਸੀਹੇ ਬਰਦਾਸ਼ਤ ਨਹੀਂ ਕਰ ਸਕਦੀ, ਇਸ ਲਈ ਛੱਡ ਦੇ ਰਾਮ ਨਾਮ ਕੀ ਲੈਣੇ, ਆਪਣੀ ਜਾਨ ਬਚਾ ਲੈ। ਆਪਣੇ ਉਸਤਾਦ ਨੂੰ ਦੇ ਰਿਹਾ ਕਿ ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਉਹੋ ਹੀ ਜਵਾਬ ਮਾਂ ਨੂੰ ਵੀ ਦੇ ਰਿਹਾ ਕਿ ਕਹਿੰਦਾ ਮੈਂ ਕੋਈ ਫੈਸਲਾ ਕੀਤਾ ਹੈ, ਐ ਹੈ ਦ੍ਰਿੜਤਾ, ਐਵੇਂ ਨਹੀਂ ਕਿਸੇ ਨੇ ਕਹਿ ਦਿੱਤਾ ਕਿ ਦ੍ਰਿੜਤਾ ਕਈ ਵਾਰੀ ਬਾਲ ਵਿੱਚ ਬਚਪਨ ਵਿੱਚ ਜ਼ਿਆਦਾ ਹੁੰਦੀ ਹੈ, ਕਹਾਵਤ ਬਣੀ ਹੋਈ ਹੈ, ਤ੍ਰਿਆਹਠ ਬਾਲ ਹੱਠ ਰਾਜ ਹੱਠ, ਇਹ ਸਾਰੇ ਹੱਠ ਨੇ, ਹੱਠ ਦਾ ਮਤਲਬ ਦ੍ਰਿੜਤਾ, ਹੱਠੀ ਜੋ ਵਿਚਾਰ ਬਣ ਜਾਣ ਉਹ ਛੱਡਣੇ ਨਹੀਂ। ਇਨਕਲਾਬੀ ਪੁਰਸ਼ ਜਿੰਨੇ ਨੇ ਜੇ ਉਹ ਹੱਠੀ ਨਹੀਂ ਹੁੰਦੇ ਕਦੀ ਇਨਕਲਾਬ ਨਹੀਂ ਲਿਆਉਂਦੇ, ਜੇ ਉਹ ਵਿਚਾਰਧਾਰਕ ਤੌਰ ਤੇ ਉਹਨਾਂ ਅੰਦਰ ਵਿਸ਼ਵਾਸ ਨਾ ਹੋਵੇ, ਦ੍ਰਿੜਤਾ ਨਾ ਹੋਵੇ, ਤਾਂ ਕਦੀ ਇਨਕਲਾਬ ਨਹੀਂ ਲਿਆ ਸਕਦੇ। ਹੁਣ ਇੱਥੇ ਵੀ ਉਹੋ ਹੀ ਜਵਾਬ ਹੈ, ਸਾਰੇ ਸ਼ਬਦ ਦੇ ਚੌਗਿਰਦੇ ਵਿੱਚ ਦੇਖ ਰਿਹਾ ਲਫ਼ਜ਼ ਉਹੋ ਹੀ ਹੈ, ਮੁਕਾਬਲੇ ਸੰਘਰਸ਼ ਕੀ ਹੈ। ਉਹ ਕਹਿੰਦੇ ਨੇ ਰਾਮ ਨਾਮ ਛੱਡ ਦੇ, ਇਹ ਕਹਿੰਦਾ ਮੈਂ ਨਹੀਂ ਛੱਡ ਸਕਦਾ। ਹੁਣ ਦੇਖਣਾ ਇਹ ਹੈ ਕਿ ਭਲਾ ਸਫਲ ਕੌਣ ਹੁੰਦਾ, ਇਹ ਆਪਾਂ ਅਗਲੇ ਹਫ਼ਤੇ ਫਿਰ ਦੇਖ ਲਵਾਂਗੇ। ਹੋਰ ਆਪਣਾ ਕੀ ਆਉਂਦੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਪ੍ਰਤੀਤ ਹੁੰਦੀ ਹੈ ਇਸ ਸੰਘਰਸ਼ ਵਿੱਚ ਪ੍ਰਹਿਲਾਦ ਨੂੰ ਵੀ ਤੇ ਦੁਖੀ ਨੂੰ ਵੀ, ਉਹ ਸਾਰੀਆਂ ਚੀਜ਼ਾਂ ਵੀ ਸਾਡੇ ਸਾਹਮਣੇ ਆ ਜਾਣਗੀਆਂ। ਕਹਿੰਦੇ ਪ੍ਰਹਿਲਾਦ ਕਹੇ ਸੁਣੋ ਮੇਰੀ ਮਾਏ, ਪ੍ਰਹਿਲਾਦ ਕਹੇ ਸੁਣੋ ਮੇਰੀ ਮਾਏ, ਰਾਮ ਨਾਮ ਨਾ ਛੋੜੋ, ਰਾਮ ਨਾਮ ਨਾ ਛੋਡੋ, ਗੁਰ ਦੀਆ ਬੁਝਾਏ ਨਹੀਂ ਛੋੜੇ, ਬਾਬਾ ਰਾਮ ਨਾਮ ਨਹੀਂ ਛੋੜੇ, ਬਾਬਾ ਰਾਮ ਨਾਮ ਮੇਰਾ ਔਰ ਪ
ਗੁਰਬਾਣੀ ਦੀ ਫਿਲਾਸਫੀ ਦੇ ਸ਼ੀਸ਼ੇ ਵਿੱਚੋਂ ਦੇਖਣਾ ਹੈ ਕਿ ਇਹਨਾਂ ਦਾ ਨਾਮ ਐਵੇਂ ਨਹੀਂ ਆਇਆ। ਹਾਲਾਂਕਿ ਜਦੋਂ ਅਸੀਂ ਨਿਰੀ ਕਹਾਣੀ ਪੜ੍ਹਾਂਗੇ ਤਾਂ ਕਈ ਵਾਰ ਉਹ ਲੱਗੇਗਾ ਜਿਵੇਂ ਮਿਥਾਸ ਹੀ ਹੈ। ਹੁਣ ਧੂਹ ਬਾਰੇ ਲਿਖਤਾ ਜੀ, ਉਹਨੇ ਬਾਅਦ ਵਿੱਚ 36,000 ਵਾਰ ਰਾਜ ਕੀਤਾ, ਮਿਥਾਸ ਲੱਗਦਾ ਹੈ ਮਿਥਾਸ ਲੱਗਦਾ ਹੈ। ਪ੍ਰਹਿਲਾਦ ਇਹ ਰਾਕਸ਼ਸ ਕੁਲ ਵਿੱਚੋਂ ਹੈ, ਦੇਵਤਿਆਂ ਦੀ ਕੁਲ ਵਿੱਚੋਂ ਨਹੀਂ। ਤੇ ਅਸੀਂ ਕਹਿੰਦੇ ਦੇਵਤੇ ਮਹਾਨ ਹੁੰਦੇ ਨੇ, ਲਿਖਣ ਵਾਲਿਆਂ ਨੇ ਕਿਹਾ ਦੇਵਤੇ ਮਹਾਨ ਹੁੰਦੇ। ਹਰਨਾਕਿਸ਼ ਦਾ ਪੁੱਤਰ ਰਾਕਸ਼ਸ ਹੈ, ਬਲ ਦਾ ਪਿਤਾ ਹੈ ਰਾਕਸ਼ਸ ਹੈ। ਪਰ ਕੋਈ ਅਜੀਬ ਗੱਲ ਹੈ, ਰਾਕਸ਼ਾਂ ਦੀ ਕੋਲ ਵਿੱਚੋਂ, ਪਰ ਲਫ਼ਜ਼ ਇਹ ਕਹਿ ਰਿਹਾ ਹੈ ਆਪਣੀ ਜ਼ਬਾਨ ਤੋਂ, ਜੇ ਹਾਲ ਛੋਡੋ ਇਹ ਮਾਂ, ਹੇ ਉਸਤਾਦ ਤੁਸੀਂ ਮੈਨੂੰ ਕਹਿੰਦੇ ਹੋ ਰਾਮ ਨਾਮ ਛੱਡ ਦੇ, ਜੇ ਮੈਂ ਛੱਡ ਦਿਆਂ ਮੇਰੀ ਕੁੱਲ ਨੂੰ ਧਨ ਹੈ, ਕੁੱਲ ਨੂੰ ਗਾਲ ਲੱਗਦੀ ਹੋਣ ਭਰੇ ਹੋ, ਕੁੱਲ ਨੂੰ ਤਾਂ ਦੇਖੋ ਕੁੱਲ ਤਾਂ ਹਰਨਾਕਿਸ਼ ਦੀ ਹੈ। ਪਰ ਇਹ ਸਾਰੀਆਂ ਗੱਲਾਂ ਗੁਰਬਾਣੀ ਗੁਰਮੁਖ ਦੀ ਰੋਸ਼ਨੀ ਵਿੱਚ ਸਮਝਣ ਵਾਲੀਆਂ ਨੇ ਕਿ ਜੇ ਹਰ ਛੋਡੋ ਤਾਂ ਕੁੱਲ ਲਾ ਕੇ ਗੱਲ ਕੀ ਹੋਇਆ, ਕੁੱਲ ਨੂੰ ਗੱਲ ਕੀ ਹੋਈ। ਇਹਦਾ ਮਤਲਬ ਪ੍ਰਹਿਲਾਦ ਦੀ ਕੁੱਲ ਹਰਨਾਕਿਸ਼ ਨੇ, ਸੋਚਣਾ ਪਏਗਾ। ਸੋ ਸਾਰੀਆਂ ਗੱਲਾਂ ਵਿਚਾਰਾਂਗੇ, ਗੁਰੂ ਬਖਸ਼ਿਸ਼ ਕਰੇ। ਇਸ ਸ਼ਬਦ ਵਿੱਚੋਂ ਸਾਨੂੰ ਵੱਖ ਵੱਖ ਵਿਸ਼ੇ ਬਹੁਤ ਕੁਝ ਵਿਚਾਰਨ ਲਈ ਮਿਲਣਗੇ ਇਹਨਾਂ ਸ਼ਬਦਾਂ ਨਾਲ। ਮਾਤਾ ਜਾ ਚਿੱਟਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ।